ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਇਹ ਅਸੀਂ ਮੁਕੱਦਮਾ ਨੰਬਰ 4 ਜਿਹੜਾ ਹੈਗਾ 4/24 ਨੂੰ ਹੋਇਆ ਸੀਗਾ ਅੰਡਰ 397 ਤੇ 458 ਤੇ 34 IPC ਦੇ ਤਹਿਤ ਸਦਰ ਪੁਲਿਸ ਸਟੇਸ਼ਨ ਤੇ ਦਰਜ ਹੋਇਆ ਸੀਗਾ। ਤੇ ਮੁਕੱਦਮਾ ਪੰਕਜ ਅਗਰਵਾਲ ਵੱਲੋਂ ਦਰਜ ਹੋਇਆ ਸੀਗਾ ਜਿਹੜਾ ਆਕਾਸ਼ ਐਵੀਨਿਊ ਸੀਗਾ ਉਹਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਇਹਨਾਂ ਨੇ ਲੁੱਟਖੋ ਕੀਤੀ ਸੀਗੀ ਤੇ ਨਾਲ ਉਹਨਾਂ ਦੇ ਘਰ ਦੇ ਬਾਹਰ ਜਾਂਦੇ ਹੋਏ ਇਹਨਾਂ ਨੇ ਫਾਇਰਿੰਗ ਕੀਤੀ ਸੀਗੀ। ਸੋ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਚਾਰ ਦੋਸ਼ੀ, ਚਾਰੇ ਦੋਸ਼ੀ ਜਿਹੜੇ ਹੈਗੇ ਆ ਜਗਜੀਤ ਸਿੰਘ, ਪ੍ਰਭਜੋਤ ਸਿੰਘ, ਅਮਨਪ੍ਰੀਤ ਸਿੰਘ ਤੇ ਸਖਨੂਰ ਸਿੰਘ ਜਿਹੜੇ ਹੈਗੇ ਨੇ ਚਾਰੇ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਦੇ ਕੋਲ ਜਿਹੜਾ ਹੈਗਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਜਿਹੜਾ ਹੈਗਾ ਪਿਸਟਲ, ਨਾਲ ਉਹਨਾਂ ਦੇ ਵਿੱਚ ਜਿਹੜਾ ਜਿੰਦਾ ਕਾਰਤੂਸ ਜਿਹੜਾ ਹੈਗਾ ਉਹ, ਮੋਬਾਈਲ ਤੇ ਪੈਸੇ ਜਿਹੜੇ ਉਹਨਾਂ ਨੇ ਖੋਹ ਕੀਤੇ ਸੀਗੇ 1.5 ਲੱਖ ਦੇ ਕਰੀਬ ਕੀਤਾ ਸੀਗਾ, ਜਿਹਦੇ ਵਿੱਚ ਅਸੀਂ 20,000 ਇਹਨਾਂ ਕੋਲ ਰਿਕਵਰੀ ਕੀਤੀ ਔਰ 20,000 ਇਹਨਾਂ ਨੇ ਅਕਾਊਂਟ ਜਮ੍ਹਾਂ ਕਰਾਇਆ ਸੀ ਉਹ ਫਰੀਜ਼ ਕਰ ਲਿਆ। ਇਸ ਤੋਂ ਇਲਾਵਾ ਇਹਨਾਂ ਨੂੰ ਜਿਹੜੀ ਗੱਡੀ ਦੇ ਵਿੱਚ ਉਹ ਗਏ ਸੀਗੇ ਹੋਂਡਾ ਸਿਟੀ ਕਾਰ ਤੇ ਮੋਟਰਸਾਈਕਲ ਵੀ ਜਿਹੜਾ ਅਸੀਂ ਇਹਨਾਂ ਕੋਲ ਰਿਕਵਰ ਕਰ ਲਿਆ। ਤੇ ਇਹ ਸਾਰਾ ਜਿਹੜਾ ਹੈਗਾ ਸਾਡੇ ACP ਜਿਹੜੇ ਹੈਗੇ ਵਰਿੰਦਰ ਖੋਸਾ, SHO ਸਦਰ ਦੀ ਟੀਮ, CIA2 ਅਵਲਦੀਪ ਤੇ ਇੰਸਪੈਕਟਰ ਦਿਲਬਾਰ ਸਿੰਘ ਹੋਣਾ ਦੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਔਰ ਇਹ ਜਿਹੜਾ ਰਾਤ ਦਾ ਵੇਲਾ ਸੀਗਾ ਧੁੰਦ ਕਾਫੀ ਸੀਗੀ ਉਸ ਕਰਕੇ ਸਾਨੂੰ ਕਾਫੀ ਮੁਸ਼ਕਤ ਕਰਨੀ ਪਈ ਔਰ ਇਹ ਜਿਹੜਾ ਸੀ ਕਾਫੀ ਜਿਹੜਾ ਹੈਗਾ ਮਿਹਨਤ ਤੋਂ ਬਾਅਦ ਇਹ ਕੇਸ ਜਿਹੜਾ ਹੈ ਟ੍ਰੇਸ ਕੀਤਾ ਔਰ ਇਹਦੇ ਵਿੱਚ ਚਾਰੇ ਦੋਸ਼ੀ ਜਿਹੜੇ ਹੈਗੇ ਅਸੀਂ ਫੜ ਲਏ। ਬੇਸਿਕਲੀ ਇਹਨਾਂ ਦੇ ਨਾਲ ਜਿਹੜਾ ਇੱਕ ਹੈਗਾ ਅਮਰਪ੍ਰੀਤ ਸਿੰਘ ਹੈਗਾ ਉਹ ਸਰਕਾਰੀ ਟੀਚਰ ਸੀਗਾ, ਇਹਨਾਂ ਦੇ ਘਰ ਦੇ ਲਾਗੇ ਰਹਿੰਦਾ ਸੀਗਾ। ਸੋ ਇਹਨਾਂ ਨੇ ਇਹਨਾਂ ਨੂੰ ਦੱਸਿਆ ਸੀਗਾ ਕਿ ਇਹਨਾਂ ਦੇ ਕੋਲ ਅਕਸਰ ਘਰ ਦੇ ਵਿੱਚ ਕਾਫੀ ਪੈਸਾ ਹੁੰਦਾ ਕਿਉਂਕਿ ਇਹਨਾਂ ਦਾ ਬੇਸਿਕਲੀ ਉੱਥੇ ਫਰਨੀਚਰ ਦਾ ਕੰਮ ਹੈ। ਸੋ ਜੇ ਆਪਾਂ ਉੱਥੇ ਡਾਕਾ ਮਾਰਾਂਗੇ ਤਾਂ 7-8 ਲੱਖ ਰੁਪਏ ਦੇ ਕਰੀਬ ਜਿਹੜਾ ਹੈਗਾ ਸਾਨੂੰ ਪੈਸੇ ਮਿਲਣ ਦੀ ਉਮੀਦ ਹੈ। ਸੋ ਇਸ ਸਾਜਿਸ਼ ਤਹਿਤ ਇਹਨਾਂ ਨੇ ਸਾਰੀ ਜਿਹੜੀ ਸੀਗੀ ਘਟਨਾ ਨੂੰ ਅੰਜਾਮ ਦਿੱਤਾ। ਜੀ ਜੀ, ਉਹਨਾਂ ਨੂੰ ਜਿਹੜਾ ਮਾਸਟਰ ਮਾਈਂਡ ਉਹੀ ਸੀਗਾ, ਉਹਨਾਂ ਨੇ ਅੱਗੇ ਇਹਨਾਂ ਨੂੰ ਦੱਸਿਆ, ਉਹਨਾਂ ਦੇ ਹਾਇਰ ਕੀਤਾ ਸੀਗਾ ਸਾਰਾ ਕੁਝ। ਬਿਲਕੁਲ ਗ੍ਰਿਫਤਾਰ ਹੈ ਜੀ, ਉਹਨਾਂ ਦਾ ਅਮਨਪ੍ਰੀਤ ਸਿੰਘ ਨਾਮ ਹੈਗਾ ਜੀ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਨਹੀਂ, ਫਰੋਤੀ ਨੀ ਮੰਗੀ ਇਹਨਾਂ ਨੇ, ਜਿਹੜੀ ਉੱਥੇ ਲੁੱਟਖੋ ਕੀਤੀ ਸੀ, ਲੁੱਟਖੋ ਕੀਤੀ ਪਿਸਤੌਲ ਵਿਖਾ ਕੇ, ਪਿਸਤੌਲ ਦੀ ਨੌਕ ਦੇ ਵਿੱਚ ਘਰ ਵੜ ਕੇ, ਜਿਹੜਾ ਰਾਤ ਦਾ 8:30 ਵਜੇ ਦਾ ਟਾਈਮ ਸੀਗਾ ਉਦੋਂ ਇਹਨਾਂ ਨੇ ਕੀ ਸੀ ਆਕਾਸ਼ ਐਵੀਨਿਊ ਦੇ ਵਿੱਚ। ਇਹਨਾਂ ਦੀ ਉਮਰ ਜਿਹੜੀ ਹੈਗੀ ਆ ਅਪਰੋਕਸੀਮੇਟਲੀ 20 ਤੋਂ ਲੈ ਕੇ ਆਪਾਂ ਕਹਿ ਸਕਦੇ 20 ਤੋਂ 25 ਸਾਲ ਦੇ ਵਿੱਚ ਹੈਗੇ ਆ। ਬਾਕੀ ਇੱਕ ਪਲੱਸ ਟੂ ਕਰ ਰਿਹਾ, ਇੱਕ ਖੇਤੀਬਾੜੀ ਕਰ ਰਿਹਾ ਹੈਗਾ, ਇੱਕ ਐਜ਼ ਇਟ ਇਜ਼ ਅਮਨਪ੍ਰੀਤ ਜਿਹੜਾ ਸਰਕਾਰੀ ਟੀਚਰ ਹੈਗਾ ਤੇ ਇੱਕ ਸਕੂਲ ਦੀ ਬੱਸ ਚਲਾਉਂਦਾ। ਹਾਂ, ਨੈਚੁਰਲੀ ਇਹਨਾਂ ਦੇ ਨਾਲ ਜਿਹੜਾ ਬੰਦਾ ਜਿਹੜਾ ਇੱਕ ਹੈਗਾ ਆਪਣਾ ਅਮਨਪ੍ਰੀਤ ਸਿੰਘ ਜਿਹੜਾ ਇਹਨਾਂ ਦੇ ਘਰ ਦੇ ਲਾਗੇ ਰਹਿੰਦਾ ਸੀਗਾ, ਉਹਨੂੰ ਸਾਰੀ ਉੱਥੋਂ ਦਾ ਪਤਾ ਸੀਗਾ, ਉਹਨੇ ਸਾਰਾ ਇਹਨਾਂ ਨੂੰ ਵਿਖਾਇਆ ਸੀਗਾ ਤੇ ਸਾਰੀ ਚੈੱਕ ਕੀਤੀ। ਉਹਨਾਂ ਦੇ ਨਾਲ ਗੁਆਂਢ ਚ ਵਿੱਚ ਰਹਿੰਦਾ ਸੀਗਾ, ਅੱਜ ਤਾਂ ਗੁਆਂਢੀਆਂ ਨੂੰ ਪਤਾ ਹੀ ਹੁੰਦਾ ਕਿ ਉਹਨਾਂ ਦਾ ਉੱਥੇ ਫਰਨੀਚਰ ਦਾ ਕੰਮ ਸੀਗਾ, ਆਉਂਦੇ ਜਾਂਦੇ ਉਹਨਾਂ ਕੋਲ ਪੈਸੇ ਹੁੰਦੇ ਨੇ, ਸੋ ਇਸ ਕਰਕੇ ਉਹਨਾਂ ਨੇ ਇਹ ਕੰਮ। ਹਾਂ, ਇਹਨਾਂ ਨੇ 2 ਫਾਇਰ ਕੀਤੇ ਸੀਗੇ ਉਹਨਾਂ ਦੇ ਘਰ ਤੇ ਬਾਹਰ ਜਾਂਦੇ ਹੋਏ ਜਦੋਂ।